ਕਰਤਾਰਪੁਰ ਲਾਂਘਾ ਜਲਦ ਖੁੱਲ੍ਹਣ ਦੀ ਉਮੀਦ ਸੁਖਜਿੰਦਰ ਰੰਧਾਵਾ। ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਕਰਤਾਰਪੁਰ ਲਾਂਘਾ ਜਲਦ ਹੀ ਖੁੱਲ੍ਹ ਜਾਵੇਗਾ। ਜਦੋਂ ਕੈਪਟਨ ਸਾਹਿਬ ਦੀ ਪਿਛਲੀ ਸਰਕਾਰ ਸੀ 2002 'ਚ, ਉਸ ਵੇਲੇ ਵੀ ਇਹਨਾਂ ਨੇ ਯਤਨ ਕੀਤਾ, ਕੋਸ਼ਿਸ਼ ਕੀਤੀ ਅਤੇ ਕਰਤਾਰਪੁਰ ਸਾਹਿਬ ਦੀ ਜਿਹੜੀ ਮਰੀਦਕੇ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਰੋਡ ਵੀ ਉਦੋਂ ਪ੍ਰਵੇਸ਼ ਜਲਾਈ ਅਤੇ ਕੈਪਟਨ ਸਾਹਿਬ ਦੇ ਟਾਈਮ 'ਚ ਉਸ ਵੇਲੇ ਨੂੰ ਬੂਰ ਪਿਆ, ਔਰ ਨਨਕਾਣਾ ਸਾਹਿਬ ਤੋਂ ਵਾਹਗਾ ਤੱਕ ਰੋਡ ਵੀ ਜਿਹੜੀ ਬਣੀ। ਅਤੇ ਹੁਣ ਫਿਰ ਜਦੋਂ ਇਹ ਕੈਪਟਨ ਸਾਹਿਬ ਬਣੇ ਨੇ ਤਾਂ ਵਾਕਈ ਗੁਰੂ ਨਾਨਕ ਦੇਵ ਸਾਹਿਬ ਦਾ ਜਿਹੜਾ ਉਹਨਾਂ ਕਿਹਾ ਕਿ ਬੂਰ ਪਏਗਾ ਜਾਂ ਸਾਡਾ ਹਾਈ ਕਮਿਸ਼ਨਰ, ਅਤੇ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ ਕਰਤਾਰਪੁਰ ਸਾਹਿਬ ਜਾ ਕੇ ਆਏ ਨੇ। ਅਤੇ ਅੱਜ ਵੀ ਉੱਥੋਂ ਦੇ ਪਾਕਿਸਤਾਨ ਦੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਜਦੋਂ ਮਿਲੀਦਾ ਅਤੇ ਉਹ ਜਦੋਂ ਕਰਤਾਰਪੁਰ ਸਾਹਿਬ ਵੀ ਮਿਲੇ ਜਾਂ ਨਨਕਾਣਾ ਸਾਹਿਬ ਮਿਲੇ ਅਤੇ ਉਹ ਬਾਬਾ ਨਾਨਕ ਨੂੰ ਨਾਨਕ ਪੀਰ ਕਹਿੰਦੇ ਨੇ। ਉਹ ਵੀ ਬਹੁਤ ਵੱਡੀ ਗੱਲ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਦੋਨਾਂ ਕਮਿਊਨਿਟੀਆਂ ਨੂੰ ਜੋੜ ਕੇ, ਭਾਈ ਮਰਦਾਨੇ ਹੋਣੀ ਸਾਰੇ ਜਿੰਨੇ ਸੀਗੇ ਇਹਨਾਂ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਇਹੀ ਬੜੀ ਵੱਡੀ ਗੱਲ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਦਾ ਜਨਮ ਵੀ ਪਾਕਿਸਤਾਨ 'ਚ ਅਤੇ ਉਹਨਾਂ ਦਾ ਆਖਰੀ ਸਮਾਂ ਉਹ ਵੀ ਜਿਹੜਾ ਜੋਤੀ ਜੋਤ ਸਮਾਉਣਾ ਉਹ ਵੀ ਪਾਕਿਸਤਾਨ 'ਚ। ਇਹਦੇ ਵਾਕਈ ਬੜੀ ਇਤਿਹਾਸਿਕ ਗੱਲ ਹੈ ਕਿ ਗੁਰੂ ਸਾਹਿਬ ਨੇ ਉੱਥੇ ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਜਿਹੜੇ 18 ਸਾਲ ਕਰਤਾਰਪੁਰ ਸਾਹਿਬ ਬਤੀਤ ਕੀਤੇ ਡੇਰਾ ਬਾਬਾ ਨਾਨਕ ਦੇ ਨਾਲ। ਅਤੇ ਅਸੀਂ ਤਾਂ ਹਮੇਸ਼ਾ ਹੀ ਸਾਡੀਆਂ ਨਜ਼ਰਾਂ ਹੀ ਡੇਰਾ ਬਾਬਾ ਨਾਨਕ ਵਾਲਿਆਂ ਦੀਆਂ ਉੱਥੇ ਲੱਗੀਆਂ ਰਹਿੰਦੀਆਂ ਕਰਤਾਰਪੁਰ ਸਾਹਿਬ ਵੱਲ ਕਿ ਕਦੋਂ ਇਹ ਖੁੱਲ੍ਹੇ ਅਤੇ ਕਦੋਂ ਅਸੀਂ ਖੁੱਲ੍ਹੇ ਦਰਸ਼ਨ ਕਰ ਸਕੀਏ। ਜਦੋਂ ਜਾਈਦਾ ਵਾਇਆ ਲਾਹੌਰ ਅਤੇ ਉੱਧਰ ਨੂੰ, ਅਤੇ ਜਦੋਂ ਡੇਰਾ ਬਾਬਾ ਨਾਨਕ ਵੱਲ ਵੇਖੀਦਾ ਤਾਂ ਉਦੋਂ ਇਹ ਹੁੰਦੇ ਕਿ ਕਦੋਂ ਗੁਰੂ ਸਾਨੂੰ ਆਪਣੇ ਇੱਦਾਂ ਦਰਸ਼ਨ ਦੇਣਗੇ ਕਿ ਅਸੀਂ ਜਾ ਕੇ ਉਹਨਾਂ ਕਿ ਮੇਰਾ ਖਿਆਲ ਹੈ ਕਿ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਸਿੱਧੂ ਸਾਹਿਬ ਵੀ ਜਾ ਕੇ ਆਏ ਨੇ, ਅਸੈਂਬਲੀ ਨੇ ਵੀ ਪਾਸ ਕਰ ਦਿੱਤਾ ਯੂਨੈਨਿਮਸਲੀ ਪਾਸ ਕੀਤਾ, ਅਤੇ ਵਾਹਿਗੁਰੂ ਕਿਰਪਾ ਜ਼ਰੂਰ ਕਰੇਗਾ। ਔਰ ਜਿਹੜੀ ਹਰ ਰੋਜ਼ ਦੀ ਅਰਦਾਸ ਹੈ ਸਾਡੀ ਕਿ ਹਰ ਅਰਦਾਸ ਜਿਹੜੀ ਕਰਦੇ ਹਾਂ ਉਹਦੇ 'ਚ ਕਹਿੰਦੇ ਕਿ ਜਿਹੜੇ ਵਿਛੜੇ ਧਾਮ ਨੇ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ, ਅਤੇ ਬਹੁਤ ਜਲਦੀ ਗੁਰੂ ਨਾਨਕ ਸਾਹਿਬ ਜਿਹੜੀ ਸਾਡੀ ਅਰਦਾਸ ਪੂਰੀ ਕਰਨਗੇ।